ਮੈਂ ਖੰਡ ਕਰਾਂ ਸਰਕਾਰ ਨੂੰ, ਇਹ ਨਹੀਂ ਹੋ ਸਕਦਾ। ਮੈਂ ਕਿਹਾ ਬਾਹਰ ਜਾਣੀ ਆਪਣੀ ਇਹਨਾਂ ਤੋਂ ਨੰਬਰ ਲੈ ਗਈ। ਇੱਕ ਇਹ ਆ ਤੇ ਇੱਕ ਆਸ਼ਿਕ ਰਸੂਲ ਅਲਾਮਾ ਨਿਬਾਨੀ ਵਰਗੇ ਰਹਿਮਤੁਲਾਹ ਤਾਲਾ ਲਿਆ, ਸਾਰੀ ਜ਼ਿੰਦਗੀ ਸਰਕਾਰ ਦੇ ਮੁਆਜ਼ਾ ਸ਼ਰੀਫ ਤੇ ਗਏ ਨੇ, ਕਦਮੈਨ ਸ਼ਰੀਫ ਨਹੀਂ ਸਨ, ਕਦਮੈਨ ਸ਼ਰੀਫ ਮਸੋਕ ਸੀ, ਕਦੀ ਜਾਲੀਆਂ ਦੇ ਸਾਹਮਣੇ ਨਹੀਂ ਗਏ। ਕਿਸੇ ਨੇ ਪੁੱਛਿਆ ਜਨਾਬ ਕੀ ਜੋ ਉਹਦਾ ਜਵਾਬ ਦਿੱਤਾ, ਉਹਦਾ ਜਵਾਬ ਔਰ ਉਹਦਾ ਤਰਜਮਾ ਨਸੀਰ ਸ਼ਾਹ ਸਾਹਿਬ ਕਰ ਗਿਆ ਕਿ ਆਪਣਾ ਪਿਆਰਾ ਕਰ ਕਾਬਾ ਸ਼ਰੀਫ ਦਿਖਾ ਦੇ, ਜਿਹੜਾ ਹੋਰ ਹੋਈ ਸੁਭਾਨ ਅੱਲਾਹ ਕਰੇ ਰੋਕਾ ਬੇਟਾ ਵੀ ਕਾਬਾ ਸੋਹਣੇ ਮੁਸਤਫਾ ਦਾ ਰੋਕਾ ਬਖਾ ਦੇ। ਮੈਂ ਸੰਨ 99 ਚ ਹਾਜ਼ਰ ਹੋਇਆ ਤੇ ਅੱਗੇ ਕੋਈ ਰੁਕਾਵਟ ਨਹੀਂ ਸੀ, ਪਹਿਲੀ ਮਰਤਬਾ ਕੋਈ ਰੁਕਾਵਟ ਨਹੀਂ, ਬਸ ਜਾਲੀ ਮੁਬਾਰਕ ਨੂੰ ਬੰਨਣਾ ਚਾਹੁੰਦਾ, ਸਲਾਮਤ ਕਰਦਾ, 10 ਮਿੰਟ 15 ਮਿੰਟ ਅੱਧਾ ਘੰਟਾ ਜਿਹਨਾਂ ਬਿਲਕੁਲ ਸਾਹਮਣੇ ਹਾਜ਼ਰੀ ਦੇ। ਹੁਣ ਉਹਨਾਂ ਨੇ ਪਹਿਲੇ ਅੱਗੇ ਫੱਟੇ ਬਣਾਏ, ਫੱਟੇ ਚੌੜੇ ਥੋੜੇ ਸਨ, ਵੱਡੇ ਬਣਾਏ, ਹੁਣ ਅੱਗੇ ਲੱਕੜ ਦੀ ਦੀਵਾਰ ਕਰ ਦਿੱਤੀ ਉਹਨਾਂ ਨੇ। ਤੇ ਖਾਜਾ ਕਮਰੁਦੀਨ ਸ਼ਾਜ਼ੀ ਰਹਿਮਤੁਲਾਹ ਅਲੈਹ ਦੇ ਵਿਸ਼ਾਲ ਤੋਂ ਬਾਅਦ ਮੈਂ ਉੱਥੇ ਹਾਜ਼ਰ ਹੋਇਆ ਪਹਿਲੀ ਵਾਰੀ। ਆਪ ਜਦੋਂ ਹਾਜ਼ਰ ਹੋਏ ਨਾ ਤੇ ਆਪ ਕੋ ਰਿਹਾ ਨਹੀਂ ਗਿਆ ਤੇ ਆਪ ਨੇ ਜਾਲੀਆਂ ਮੁਬਾਰਕਾਂ ਨੂੰ, ਆਸ਼ਕਾਂ ਕੋਲ ਰਿਹਾ ਨਹੀਂ ਜਾਂਦਾ, ਆਸ਼ਕਾਂ ਕੋਲ ਰਿਹਾ ਕੁਝ ਉਹ ਨੇ ਜਿਹੜੇ ਜਾਂਦੇ ਨੇ ਤੇ ਕਹਿੰਦੇ ਨੇ ਲੈ ਸਰਕਾਰ ਨੇ ਤੈਨੂੰ ਇੰਨਾ ਇਲਮ ਦਿੱਤਾ, ਸਰਕਾਰ ਦੀਆਂ ਨਾ ਤਾਂ ਸਾਰੀ ਜ਼ਿੰਦਗੀ ਪੜ੍ਹਦਾ ਰਿਹਾ, ਅੱਜ ਸਾਹਮਣੇ ਮੌਜੂਦ ਹੀ ਕਰਦੇ ਸਕਦਾ ਕਰਦੇ ਸਕਦਾ। ਤੇ ਜਦੋਂ ਇੰਨਾ ਖਿਆਲ ਆਇਆ ਨਾ ਤੇ ਨਾਲ ਹੀ ਖਿਆਲ ਆ ਗਿਆ ਵੇ ਆਪਣੇ ਆਪ ਨੂੰ ਰੋਕ, ਜਿਸ ਲਜਪਾਲ ਆਕਾ ਨੂੰ ਸਜ਼ਾ ਕਰਨ ਨੂੰ ਦਿਲ ਕਰਦਾ ਉਸੇ ਆਕਾ ਦਾ ਫਰਮਾਨ ਹੈ ਕਿ ਅੱਲਾਹ ਤੋਂ ਇਲਾਵਾ ਜੇ ਕਿਸੇ ਨੂੰ ਸਜਦਾ ਕਰਨਾ ਜਾਇਜ਼ ਹੁੰਦਾ ਤੇ ਮੈਂ ਸਭ ਤੋਂ ਪਹਿਲੇ ਬੀਵੀ ਨੂੰ ਹੁਕਮ ਦਿੰਦਾ ਆਪਣੇ ਖਾਵੰਦ ਨੂੰ ਸਜਦਾ ਕਰੇ, ਪਰ ਅੱਲਾਹ ਤੋਂ ਇਲਾਵਾ ਕਿਸੇ ਨੂੰ ਸਜਦਾ ਜਾਇਜ਼ ਹੈ। ਤੇ ਫਿਰ ਕੀ ਫਰਮਾਇਆ ਕਿ ਪੇਸ਼ੇ ਨਜ਼ਰ ਤੂੰ ਸਜਦਾ ਕੀਤਾ, ਫਰਮਾ ਜਾ ਕੰਮ ਕਰ ਆਪਣਾ, ਸਿਰਫ ਮੈਂ ਚੁੰਮਿਆ ਬੋਸਾ ਜੀ ਕਣਕ ਨਹੀਂ ਸਜਦਾ, ਉਹ ਫਰਮਾਇਆ ਆਰਾਮ ਨਾਲ ਲੈ ਸਜਦੇ ਤੇ ਚੁੰਮ ਚ ਬੜਾ ਫਰਕ ਹੈ, ਕੱਲ ਕਰ ਫਰਮਾਇਆ ਤੇਰੇ ਮੁੱਖ ਹੈ ਕਿ ਨਹੀਂ, ਚੁੰਮਣਾ ਕਿੱਥੇ ਸਜਦਾ ਕਿੱਥੇ। ਲਓ ਜੀ ਗੱਲ ਅੱਗੇ ਵਧੀ, ਕਾਜ਼ੀ ਰੁਜ਼ਾਤ ਦਾ ਗੱਲ ਕਰ, ਉਹਨੂੰ ਉਹਨੇ ਪਤਾ ਨਹੀਂ ਕੀ ਬਣਾ ਕੇ ਦੱਸਿਆ ਤੇ ਉਹ ਵੀ ਇਹੀ ਤੂੰ ਸਜਦਾ ਕੀਤਾ, ਫਰਮਾਇਆ ਸਜਦਾ ਨਹੀਂ ਕੀਤਾ, ਮੇਰੇ ਹੱਥ ਜਾਲੀਆਂ ਨਾਲ ਜ਼ਰੂਰ ਸਨ, ਚੁੰਮਿਆ ਜ਼ਰੂਰ ਇਹ ਸਜਦਾ ਨਹੀਂ ਕੀਤਾ। ਕਹਿਣ ਲੱਗਾ ਹੱਥ ਐਂ ਕਰਕੇ ਰੱਖਣਾ ਫਿਰ ਚੁੰਮਣਾ ਐਂ ਕਰਕੇ ਸਜਦਾ ਨਹੀਂ, ਫਰਮਾਇਆ ਨਹੀਂ ਦੋ ਰੁਕਾਤਾਂ ਪੜ੍ਹ ਲੈਣ ਫਿਰ ਮੈਂ ਤੇਰੇ ਨਾਲ ਮੁਲਾਜ਼ਮਾ ਕਰਾਂ।
ਹੁਣ ਆਪ ਨੇ ਜਿਹੜੀਆਂ ਰਕਾਤਾਂ ਪੜੀਆਂ ਇਕੱਲੇ, ਪਰ ਕੀ ਕੀਤਾ? ਅੱਲਾਹ ਅਕਬਰ ਇੱਡੀ ਉੱਚੀ ਕਿ ਪੰਜ ਦਸ ਬੰਦੇ ਹੋਰ ਵੀ ਸੁਣ ਲਿਆ। ਫਿਰ ਸ਼ੁਰੂ ਕੀਤਾ, ਸੁਭਾਨਕ ਅੱਲਾਹੁਮ ਵਬਿਹਮਦਿਕ ਵਤਬਾਰਕ ਇਸਮੁਕ ਵਤਆਲਾ ਜੱਦੁਕ ਵਲਾ ਇਲਾਹ ਗੈਰੁਕ। ਸਨਾ ਤੋਂ ਬਾਅਦ ਔਜ਼ੁ ਬਿੱਲਾ ਬਿਸਮਿਲ੍ਲਾ ਸ਼ਰੀਫ ਪੜ੍ਹੀ, ਸੂਰੇ ਫਾਤਿਹਾ ਪੜ੍ਹੀ, ਸੂਰੇ ਇਖਲਾਸ ਉੱਚੀ ਉੱਚੀ, ਰੁਕੂਏ ਜਾਣ ਲੱਗਿਆ ਅੱਲਾਹੁ ਅਕਬਰ ਸੁਭਾਨ ਰੱਬੀ ਅਲ-ਅਜ਼ੀਮ ਸੁਭਾਨ ਰੱਬੀ ਅਲ-ਅਜ਼ੀਮ ਉੱਚੀ ਉੱਚੀ, ਸੱਲਲ੍ਲਾਹੁ ਅਲੈਹਿ ਵਸੱਲਮ ਕਹਿੰਦੇ ਕੋਮਾ ਕੀਤਾ, ਰੱਬਨਾ ਲਕਲ ਹਮਦ ਉੱਚੀ ਉੱਚੀ, ਅੱਲਾਹੁ ਅਕਬਰ। ਗੋਡੇ ਵੀ ਲਾ ਲਏ, ਹੱਥ ਵੀ ਲਾ ਲਏ, ਪੈਰ ਵੀ ਉਂਗਲਾਂ ਪੂਰੀ ਤਰ੍ਹਾਂ ਲਾ ਲਈਆਂ, ਨੱਕ ਤੇ ਮੱਥਾ ਨਹੀਂ ਲਾਇਆ, ਜਗ੍ਹਾ ਨੂੰ ਚੁੰਮਿਆ ਤੇ ਪੜਿਆ ਸੁਭਾਨ ਰੱਬੀ ਅਲ-ਆਲਾ ਸੁਭਾਨ ਰੱਬੀ ਅਲ-ਆਲਾ ਸੁਭਾਨ ਰੱਬੀ ਅਲ-ਆਲਾ ਅੱਲਾਹੁ ਅਕਬਰ। ਫਿਰ ਜਿਸਾ ਕੀਤਾ, ਫਿਰ ਅੱਲਾਹੁ ਅਕਬਰ ਉਸੇ ਤਰ੍ਹਾਂ ਹੀ ਸਜਦਾ, ਨਾ ਨੱਕ ਲਾਇਆ ਨਾ ਮੱਥਾ, ਸਿਰਫ ਚੁੰਮਿਆ। ਬਾਕੀ ਦੀ ਸਾਰੀ ਨਮਾਜ਼ ਉਸ ਤਰ੍ਹਾਂ ਜਦੋਂ ਸਜਦੇ ਜਾਣ, ਨਾ ਨੱਕ ਲਾਉਣ ਨਾ ਮੱਥਾ, ਸਿਰਫ ਚੁੰਮਣ ਚੁੰਮਕੇ ਤੇ ਤਸਬੀਹਾਂ ਪੜ੍ਹਦੇ ਅੱਲਾਹ ਦਾ ਫੈਸਲਾ। ਉਹ ਜਦੋਂ ਨਮਾਜ਼ ਪੂਰੀ ਸਲਾਮ ਫੇਰ ਜਾਏ ਨਾ, ਤੋ ਕਹਿਣ ਲੱਗਾ ਜਾ ਤੇਰਾ ਕੀ ਮੁਨਾਜ਼ਰਾ ਕਰਨਾ, ਤੈਨੂੰ ਨਮਾਜ਼ ਪੜ੍ਹਨੀ ਨਹੀਂ ਆਉਂਦੀ। ਫਰਮਾਇਆ ਹੋਇਆ ਕੀ? ਕਹਿਣ ਲੱਗਾ ਤੂੰ ਆਪਣੀ ਮਾਂ ਠੀਕ ਕਰ ਪਹਿਲੇ ਜਾ। ਫਰਮਾਇਆ ਹੋਇਆ ਕੀ? ਨਮਾਜ਼ ਨਹੀਂ ਪੜ੍ਹੀ? ਨਹੀਂ, ਤੈਨੂੰ ਨਮਾਜ਼ ਪੜ੍ਹਨੀ ਨਹੀਂ ਆਉਂਦੀ। ਆਪਨੇ ਫਰਮਾਇਆ, ਦੱਸ ਮੇਰਾ ਮੂੰਹ ਕਿਬਲੇ ਸ਼ਰੀਫ ਵੱਲ ਹੈ ਸੀ ਕਿ ਨਹੀਂ? ਕਹਿਣ ਲੱਗਾ ਹੈ ਸੀ। ਫਰਮਾਇਆ ਮੈਂ ਤਕਬੀਰੇ ਤਹਰੀਮਾਂ ਕਹੀ ਕਿ ਨਹੀਂ ਕਹੀ? ਹੱਥ ਕੰਨਾਂ ਤੱਕ ਲੈ ਗਿਆ ਕਿ ਨਹੀਂ? ਹੱਥ ਬੰਨੇ ਕਿ ਨਹੀਂ? ਸਲਾਹ ਪੜ੍ਹੀ ਕਿ ਨਹੀਂ? ਸੂਰੇ ਫਾਤਿਹਾ ਪੜ੍ਹੀ ਕਿ ਨਹੀਂ? ਸੂਰੇ ਇਖਲਾਸ ਪੜ੍ਹੀ ਕਿ ਨਹੀਂ? ਰੁਕੂਏ ਗਿਆ ਕਿ ਨਹੀਂ? ਨਸਬੀਆਂ ਪੜ੍ਹੀਆਂ ਕਿ ਨਹੀਂ? ਕਿ ਮੈਂ ਸਭ ਕੁਝ ਕੀਤਾ ਹੀ? ਫਰਮਾਇਆ ਮੈਂ ਸੱਜਿਆ ਗਿਆ ਕਿ ਨਹੀਂ? ਉਹ ਤੂੰ ਸਜਦਾ ਨਹੀਂ ਕੀਤਾ, ਉਹ ਮੈਂ ਨਸਬੀਆਂ ਪੜ੍ਹੀਆਂ ਕਿ ਨਹੀਂ? ਨਸਬੀਆਂ ਪੜ੍ਹੀਆਂ ਨੇ ਪਰ ਸਜਦਾ ਨਹੀਂ। ਭਾਵੇਂ ਗੋਡੇ ਵੀ ਲੱਗੇ ਹੋਣ, ਹੱਥ ਵੀ ਲੱਗੇ ਹੋਣ, ਪੈਰ ਵੀ ਪੂਰੀ ਤਰ੍ਹਾਂ ਕਰਾਰ ਫੜੇ ਹੋਣ, ਜਿੰਨੀ ਦੇਰ ਤੱਕ ਨੱਕ ਤੇ ਮੱਥਾ ਨਾ ਲੱਗੇ ਸਜਦਾ ਨਹੀਂ ਹੁੰਦਾ। ਫਰਮਾਇਆ ਚੱਲਿਓ, ਇਹੀ ਤੇ ਤੁਹਾਨੂੰ ਸਮਝਾਉਣਾ ਚਾਹੁੰਦਾ, ਕਿੱਥੇ ਮੇਰਾ ਮੂੰਹ ਵੀ ਕਿਬਲੇ ਵੱਲ ਏ, ਕਿੱਥੇ ਮੈਂ ਨਮਾਜ਼ ਦੀ ਨੀਅਤ ਵੀ ਕੀਤੀ ਏ, ਕਿੱਥੇ ਮੈਂ ਤਕਬੀਰੇ ਤਹਰੀਮਾਂ ਵੀ ਕਹੀਏ, ਕਿੱਥੇ ਸਨਾ ਉਸ ਤੋਂ ਬਾਅਦ ਸੂਰੇ ਫਾਤਿਹਾ ਔਰ ਸੂਰੇ ਇਖਲਾਸ ਔਰ ਉਸ ਤੋਂ ਬਾਅਦ ਮੈਂ ਰੁਕੂਏ ਵੀ ਗਿਆ, ਤਸਬੀਹਾਂ ਵੀ ਪੜ੍ਹੀਆਂ ਨੇ, ਕੌਮਾ ਵੀ ਕੀਤਾ, ਸਜਦੇ ਗਿਆ, ਜਾ ਕੇ ਨੱਕ ਮੱਥਾ ਨਹੀਂ ਲਾਇਆ, ਸਿਰਫ ਜਗ੍ਹਾ ਨੂੰ ਚੁੰਮਿਆ, ਭਾਵੇਂ ਤਸਬੀਹਾਂ ਪੜ੍ਹੀਆਂ ਨੇ। ਤੁਸੀਂ ਕਹਿੰਦੇ ਸਜਦਾ ਨਹੀਂ ਹੋਇਆ, ਪਰ ਜਿੱਥੇ ਮੇਰਾ ਮੂੰਹ ਵੀ ਕਿਬਲੇ ਵੱਲ ਨਹੀਂ, ਜਿੱਥੇ ਮੇਰੀ ਨੀਅਤ ਵੀ ਨਹੀਂ, ਜਿੱਥੇ ਮੈਂ ਸਨਾ ਵੀ ਨਹੀਂ ਪੜ੍ਹੀ, ਤਕਬੀਰ ਤਹਰੀਮਾਂ ਵੀ ਨਹੀਂ ਗਈ, ਜਿੱਥੇ ਸੂਰੇ ਫਾਤਿਹਾ ਵੀ ਨਹੀਂ ਪੜ੍ਹੀ, ਜਿੱਥੇ ਸੂਰੇ ਇਖਲਾਸ ਵੀ ਨਹੀਂ ਪੜ੍ਹੀ, ਰੁਕੂ ਵੀ ਨਹੀਂ ਕੀਤਾ, ਸਿਰਫ ਉਹਨੂੰ ਚੁੰਮਿਆ, ਚੁੰਮਣ ਲੱਗਿਆ, ਸਿਰਫ ਸਜਦਾ ਕਿਵੇਂ ਹੋ ਸਕਦਾ? ਮੇਰੇ ਵੀਰ, ਅਸੀਂ ਇਬਾਦਤ ਅੱਲਾਹ ਤੋਂ ਇਲਾਵਾ ਕਿਸੇ ਦੀ ਕਰਦੇ ਨਹੀਂ, ਪਰ ਜਿਹੜੀ ਚੁੰਮਣ ਵਾਲੀ ਗੱਲ ਹੈ ਨਾ, ਅਸੀਂ ਟਿਕਾ ਟਿਕਾ ਦਿੰਦੇ। ਬੱਚਾ ਕਰ ਦਿੰਦਾ ਨਾ, ਜਿੱਦ ਫਲਾਣੀ ਸ਼ਾਇਦ ਹੈ ਨਹੀਂ, ਫਲਾਣੀ ਸ਼ਾਇਦ ਹੈ ਨਹੀਂ, ਘਰ ਹੈ ਨਹੀਂ, ਤੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਬੱਚੇ ਦਾ, ਸਮਝ ਗਏ? ਕੁਛ ਇੱਥੋਂ ਕੁਛ ਇੱਥੋਂ ਚੋਈ ਜਾ ਰਿਹਾ। ਹੁਣ ਜਨਾਬ ਉਹ ਹੁਣ ਤੂੰ ਉਹਨੂੰ ਫੜਿਆ, ਨਾਲ ਲੈ ਗਿਆ ਦੁਕਾਨ ਤੇ, ਪੁੱਤ ਮੇਰਾ ਦੱਸ ਕੀ ਲੈ, ਪੁੱਤ ਕੀ ਲੈ? ਅੱਬਾ ਉਹ ਲੈ ਲੈ ਯਾਰ, ਦੇ ਮੇਰਾ ਪੁੱਤ ਸਿੱਧੀ ਪੈ ਗਿਆ, ਦੇ। ਜਦੋਂ ਉਹ ਦਿੰਦਾ ਬੱਚੇ ਨੂੰ ਪਹਿਲੇ ਸ਼ੈ ਨਾ ਮਿਲਣ ਦਾ ਦੁੱਖ, ਫਿਰ ਅਚਾਨਕ ਉਹ ਸ਼ੈ ਲੱਭ ਜਾਣ ਦਾ ਦੁੱਖ, ਫਿਰ ਇੰਝ ਸਮਝ ਲਓ ਹੁਸਨ ਔਰ ਖੁਸ਼ੀ ਦੀ ਮਿਲੀ ਜੁਲੀ ਕੈਫੀਅਤ, ਉਹਦੇ ਚਿਹਰੇ ਤੇ ਜਿਹੜੇ ਕੌਸੋ ਕਜ਼ਾ ਦੇ ਰੰਗ ਬਣਦੇ ਨੇ, ਤੂੰ ਜਦੋਂ ਵੇਖਣਾ ਤੇਰਾ ਦਿਲ ਫੜਕ ਜਾਂਦਾ। ਉਹ ਤੂੰ ਨਾ ਵੇਖਣਾ ਅਈ ਹੋਇਆ, ਨਾ ਵੇਖਣਾ ਅਈ ਹੋਇਆ, ਤੂੰ ਦਵਾ ਦਾ ਮੂੰਹ ਚੁੰਮ ਲੈਂਦਾ, ਉਹ ਤੈਨੂੰ ਪਿਆਰ ਆਉਂਦਾ, ਤੂੰ ਮੂੰਹ ਚੁੰਮ ਲੈਂਦਾ, ਸਾਨੂੰ ਪਿਆਰ ਆਉਂਦਾ, ਅਸੀਂ ਹੱਥ ਪੈਰ ਚੁੰਮ ਲੈਂਦੇ ਹਾਂ। ਹੁਣ ਤਵੱਜੋ ਕਰੀ, ਆ ਤੇ ਬੁਖਾਰੀ ਸ਼ਰੀਫ ਦਾ ਮੁਤਾਲਿਆ ਕਰ।
نبی کریم علیہ الصلوۃ والسلام تے جدوں کل نفس ذائقۃ الموت دا حکم پورا ہویا چلو اس تاچو نال کھائی جاؤں گا اس آیت کا ترجمہ میں نے سناؤ گے ہی ہے کل نفس ذائقۃ الموت ان کا ترجمہ کوئی یہ کرے کہ ہر ایک نے مر جانا تو ٹھیک ترجمہ کی ہے ہر نفس نے موت کا ذائقہ چکھنا چکھن چکھن بڑا فرق ہے کچھ بیلیاں اپنی گھر کے نال اللہ واسطے کا ویر ہوتا ہے اے میری گل کا غصہ نہ کرنا پر میں چونکہ بچپن اک کھولی ایک علمی گرانے اس تو بعد الحمدللہ تقریباً 30 سال کے قریب ہو گئے 32 سال شادی ہوئی ہے ہوں میری اہلیہ نال عورتوں کا آنا جانا اس معاملے چ خشک صوفی زیادہ پھنسے ہوئے ہیں جہے ماں کی محبت کو آڑ بنا کے بیوی کو جتیاں چ رکھ دینا توبہ توبہ غلطی نہ کرو یہ غلطی نہ کرو میرے مصطفیٰ کریم علیہ السلام نے فرمایا تواڈے چ بہتر وہ ہے جی اپنی گھر کے سلوک چنگا ہے گوشت لے کے آیا واہ واہ 5-7 کلو گوشت لیا لیا کے رکھ کے بولیا کوئی نہیں نکل گیا باہر ہوں منصوبہ کی بنا لیا کہ میں جاواں گا گوشت واہ واہ سارا پریشان ہو جانا چلی نہیں کہ میں اتنا گوشت کی کرنا جی کچھ انہیں پکاؤنا نہیں تو میں فیٹ ہی لاؤں گا تو جو انہیں پکا ہی لیا تو میں پھر بھی فیٹ ہی لاؤں گی میں تو کچھ کل واسطے بھی رکھنا وہ کی کیتا لو جی جدوں گھر آیا نہ کھانا کھاؤ میں گوشت لینا سی جی سالن کیا نہیں کھانا کھاؤ انہیں کہا تیرا بیڑا میں تو کچھ کل واسطے نہ شام کی ہونے میں پرسوں واسطے بھی رکھے ہوں اپنی بیٹا تاڑی نہیں تو بیٹھو سبحان اللہ ماشاء اللہ جزاک اللہ کبو لیکن تاڑی نہیں تو وجہ ہے ہوں جا سوچی پی گیا کہ میں فیٹ ہی کوئی نہ ہو کھانا کھانے کے بعد کہنے لگا اچھا میرا بستر بنا وہ قسمت ماری انہیں کوٹھے سے بستر بنا دیا ہوں پی کیا کسان پی نظر کہنے لگا یہ وہ منہ چ نکل گیا یہ ہاتھ یہ فرشتہ نہیں سڑک گیا انہیں پھڑ لیا کہنا تیرا بیڑا اگر تم میرے مارنا چاہیے میں کسی فرشتے کی ہاتھ کے پیر تھلے آ گیا میں گیا یہ بہانے لگتے مطلب اللہ اکبر ہوں ایسی بیوی جی کا خامد ایڈا سخت ہوئے رمضان شریف آ جائے انہیں روزے روزہ بھی رکھنا ہے لیکن ڈر رہے کہ خامد کو پھینٹی پہ جانی ہے سالن چ نمک مرچ پورا نہ ہویا تے بنے گا کی شریعت نے انہوں چکھن کی اجازت دیتی ہے پر کنی ایک پیالی بھر کے چک سکتی ہے نا ڈونگی والا چمچ بھر کے چک سکتی ہے نا چولہ والا چمچ بھر کے چک سکتے نا چاہ جس چمچ نال چینی لائی چھوٹی چمچ وہ بھر کے چک سکتی نہیں کن کوئی اجازت ویکنا بس اس کو اگے نہیں بس اس کو اگے نہیں یہ بھی چکھن اللہ کے ولی کی بارگاہ چ بیٹھا سچ بولنا میرے جھوٹ کی عادت نہیں ہے کہ کم از کم 4 بندے تے میں ایسے جاننا جنہوں نے پوچھا کہ آپ ہاں بھائی سناؤ میٹھا پورا انہیں کہا لے دو ہی پیالیاں پیتیاں نے تیسری پیوا میں تو پتا لگے یہ بھی چکھنا ہے اور میرے بھی توجہ فرما کچھ وہ نہیں جہے چکھتے ہیں ڈیک لا کے پی جانے ہیں انہوں کا نا نشان باقی نہیں رہتا تو کچھ وہ نہیں جہے چکھتے ہیں چک سٹ جاتے ہیں 1000 سال گزرن تو بعد بھی داتا علی حجویری حجویری ہوتی ہے